ਭਗਤੀ ਨੂੰ ਇਹ ਗੱਲ ਸੋਚਦੀ ਹੈ। ਬੇਟੇ ਨੇ ਕੋਈ ਕੰਮ ਕੀਤਾ, ਤੁਸੀਂ ਕਾਰਵਾਈ ਕਰੋ। ਇਹ ਮਦਦ ਹੀ ਨੀ ਕਰ ਰਿਹਾ ਜੀ ਬੇਟੇ ਦੀ, ਇਹ ਕਹਿ ਰਿਹਾ ਕਾਰਵਾਈ ਕਰੋ। ਪਿੰਡ ਦਾ ਬੰਦਾ ਹਾਈਕੋਰਟ ਕਿਉਂ ਜਾਊ ਜੀ? ਪਿੰਡ ਦਾ ਬੰਦਾ ਹਾਈਕੋਰਟ ਕਿਉਂ ਜਾਊ? ਅਗਲਾ ਕਹਿੰਦਾ ਜੀ ਮੇਰੀ ਦੱਸੋ, ਮੈਨੂੰ ਧੀ ਭੈਣ ਦੀਆਂ ਗਾਲਾਂ ਕੱਢੀਆਂ, ਮੈਂ ਕਿਸੇ ਦੀ ਮਦਦ ਤੇ ਆਇਆ? ਆਪ ਭਗਵਾਨ ਵਾਲਮੀਕਿ ਜੀ ਦੀ ਤੁਸੀਂ ਇੱਥੇ ਸਰੂਪ ਲਾਇਆ, ਇਹ ਕੀ ਸਮਝਾਉਂਦੇ ਜੀ? ਕੀ ਪੁਲਿਸ ਦੀ ਵਰਦੀ ਪਾਈ ਆ, ਠੀਕ ਹੈ। ਤੁਸੀਂ ਸੱਚ ਜੇ ਝੂਠ ਦਾ ਨਿਪਟਾਰਾ ਕਰਨਾ, ਤੁਸੀਂ ਕਿਸੇ ਕਾਂਗਰਸੀ ਅਕਾਲੀ ਦਾ ਨਿਪਟਾਰਾ ਨਹੀਂ ਦਿੱਤਾ ਜੀ। ਬਹੁਤ ਜ਼ਿਆਦਾ ਪੈਸੇ ਨਾਲ ਟਿੱਬੇ ਮਾਰੇ ਇਹਨਾਂ ਨੇ ਠੱਗੀ ਮਾਰੀ ਆ, ਉਹਦੇ ਖਿਲਾਫ਼ ਕਾਰਵਾਈ ਕਰੋ। ਮੇਰੀ ਦੋ ਮਿੰਟ ਗੱਲ ਸੁਣ ਲਓ, ਮੇਰੀ ਗੱਲ ਸੁਣ ਲਓ। ਇਹਨਾਂ ਨੇ ਤੁਹਾਨੂੰ ਇਹ ਗੱਲ ਕਹੀ ਕਿ ਮੈਂ ਆਪਦੇ ਬੇਟੇ ਨੂੰ ਬੇਦਖਲ ਕੀਤਾ, ਬੇਟੇ ਦਾ ਜੋ ਨੁਕਸ ਹੈ ਠੋਕ ਕੇ ਕਾਰਵਾਈ ਕਰੋ, ਉਹਦੇ ਤੇ ਫੜ ਕੇ ਅੰਦਰ ਦੇ ਦਿਓ। ਇਹ ਸਿਆਣੇ ਪਿਆਣੇ ਬੰਦੇ ਆ, ਤੁਹਾਡੇ ਬਜ਼ੁਰਗਾਂ ਦੀ ਉਮਰ ਦੇ ਆ, ਤੁਸੀਂ ਇਹਨਾਂ ਨੂੰ ਮਾੜੇ ਸ਼ਬਦ ਕਿਉਂ ਬੋਲਦੇ ਜੀ? ਗਾਲਾਂ ਕਿਉਂ ਕੱਢਦੇ ਧੀਆਂ ਭੈਣਾਂ ਦੀ? ਅਗਲਾ ਕਿੰਨਾ ਮਹਿਸੂਸ ਕਰੀ ਬੈਠਿਆ ਜੀ? ਇਹ ਕੀ ਤੁਹਾਨੂੰ ਵਰਦੀ ਨੂੰ, ਤੁਹਾਨੂੰ ਕੋਈ ਬੰਦਾ ਆਵੇ ਤੁਹਾਡੀ ਵਰਦੀ ਨੂੰ ਇਹ ਗੱਲ ਸੋਭਦੀ ਹੈ ਜੀ? ਤੁਸੀਂ ਉਹਦੇ ਨਾਲ ਮਾੜੇ ਤਰੀਕੇ ਨਾਲ ਬੋਲੋ। ਅੱਜ ਮੈਂ ਇੱਥੇ ਆਇਆ ਜੀ ਮਹਿਤੇ, ਇੱਕ ਬੰਦੇ ਨੇ ਇਹ ਨਹੀਂ ਕਿਹਾ ਕਿ ਤੁਹਾਡੀ ਡੀਲਿੰਗ ਸਹੀ ਆ। ਤੁਸੀਂ ਤਾਂ ਹਰੇਕ ਨੂੰ ਮਾੜੇ ਤਰੀਕੇ ਨਾਲ ਬੋਲ ਰਹੇ, ਤੁਸੀਂ ਕੀ ਰੱਬ ਬਣ ਗਏ ਕੁਰਸੀ ਤੇ? ਨਹੀਂ ਨਹੀਂ ਸਰ, ਇੱਕ ਮਿੰਟ, ਕਾਈਂਡਲੀ ਰਿਸਪੈਕਟਫੁਲੀ, ਕੋਈ ਬੰਦਾ ਗਲਤ ਹੈ ਤੁਸੀਂ ਉਹਦੇ ਖਿਲਾਫ਼ ਕਾਰਵਾਈ ਕਰੋ, ਮਗਰ ਤੁਸੀਂ ਜਿਹੜੇ ਬੰਦੇ ਕੋਈ ਮਦਦ ਤੇ ਆ ਰਹੇ, ਮੈਂਬਰ ਪੰਚਾਇਤ ਹੈ, ਸੁਣੇ ਹੋਏ ਨੁਮਾਇੰਦੇ ਆਪਦੇ ਪਿੰਡ ਦੇ, ਜੇ ਤੁਹਾਡੇ ਕੋਲ ਆਏ ਰਿਸਪੈਕਟਫੁਲੀ ਤਾਂ ਬੋਲੋ ਜੀ ਤੁਸੀਂ ਉਹਨਾਂ ਨਾਲ। ਤੁਸੀਂ ਜਿੱਦਣ ਆਏ ਸੀ, ਉਸ ਦਿਨ ਤੁਸੀਂ ਕਿਸੇ ਦੀ ਮਦਦ ਤੇ ਆਏ ਸੀ? ਹਾਂ, ਕਿਸੇ ਨੂੰ ਮੈਂ ਨਾਲ ਲੈ ਕੇ ਰਾਜੀਨਾਮੇ ਵਾਸਤੇ ਆਏ ਤੁਸੀਂ ਮੁੰਡੇ ਤੇ, ਇਹਨਾਂ ਨੇ ਤੁਹਾਨੂੰ ਕਿਹਾ ਕਿ ਮੇਰੇ ਵੱਲੋਂ ਬੇਦਖਲ ਹੈ, ਇਸ਼ਤਿਹਾਰ ਹੈ ਅਖਬਾਰ ਦਾ, ਤੁਸੀਂ ਐਕਸ਼ਨ ਲਓ ਮੁੰਡੇ ਦੇ ਖਿਲਾਫ਼। ਬੇਟਾ ਵਾ ਨਾ ਜੀ, ਉਹ ਜਿਹੜਾ ਚੰਡੀਗੜ੍ਹ ਰਹਿੰਦਾ, ਮੈਂ ਐਡਰੈਸ ਦੇ ਦੇ ਯਾਰ। ਤੁਸੀਂ ਇੱਕ ਤਰ੍ਹਾਂ ਜੀ, ਬੇਟੇ ਨੇ ਕੋਈ ਕੰਮ ਕੀਤਾ, ਤੁਸੀਂ ਕਾਰਵਾਈ ਕਰੋ। ਇਹ ਮਦਦ ਹੀ ਨੀ ਕਰ ਰਿਹਾ ਜੀ ਬੇਟੇ ਦੀ, ਇਹ ਕਹਿ ਰਿਹਾ ਕਾਰਵਾਈ ਕਰੋ। ਅਗਲੇ ਨੂੰ ਤਾਂ ਇਹ ਹੈ ਕਿ ਮੈਂ 50-55-60 ਸਾਲ ਦੀ ਉਮਰ ਹੈ, ਤੁਸੀਂ ਉਹਨਾਂ ਨੂੰ ਧੀ ਭੈਣ ਦੀਆਂ ਗਾਲਾਂ ਕੱਢੋ, ਕਿਵੇਂ ਬਰਦਾਸ਼ਤ ਕਰੂ ਬੰਦਾ? ਦੱਸੋ, ਅਗਲੇ ਨੇ ਹਾਈਕੋਰਟ ਰਿਟ ਪਾ ਦਿੱਤੀ ਹੈ ਜੀ ਇਸ ਗੱਲ ਦੇ ਮਸਲੇ ਚ, ਕੋਈ ਤੁਸੀਂ ਇਸ ਤਰ੍ਹਾਂ ਉੱਥੇ ਬੈਠੇ ਜਾਂਦਾ, ਮੈਂ ਤੁਹਾਡੇ ਸਾਹਮਣੇ ਉਹਨੇ ਖੁਦਕੁਸ਼ੀ ਕਰ ਲੈਣੀ ਹੈ, ਉਹ ਬੜੇ ਜ਼ੋਰ ਨਾਲ ਸਾਰੇ ਬੰਦਿਆਂ ਨੂੰ ਫੜ ਫੜ ਕਹਿੰਦਾ, ਮੈਂ ਹੁਣੇ ਤੁਹਾਡੇ ਸਾਹਮਣੇ ਕਰ ਲੈਣੀ ਹੈ। ਪਹਿਲਾਂ ਅੱਗੇ ਪਰਚੇ ਦਰਜ ਗਾਹ ਦੇਣ ਨਹੀਂ, ਫਿਰ ਤੁਸੀਂ ਗਾਲਾਂ ਕੱਢੋ, ਗਾਲਾਂ ਸਰ ਨਹੀਂ, ਗਾਲਾਂ ਸਾਨੂੰ ਕੀ ਲੋੜ ਕੱਢਣ ਦੀ? ਨਹੀਂ ਫਿਰ ਇਹ ਕਿਉਂ ਨਹੀਂ ਹੋਇਆ? ਇੱਕ ਮਿੰਟ ਦੱਸੋ, ਪਿੰਡ ਦਾ ਬੰਦਾ ਹਾਈਕੋਰਟ ਕਿਉਂ ਜਾਊ ਜੀ? ਪਿੰਡ ਦਾ ਬੰਦਾ ਹਾਈਕੋਰਟ ਕਿਉਂ ਜਾਊ? ਅਗਲਾ ਕਹਿੰਦਾ ਜੀ ਮੇਰੀ ਦੱਸੋ, ਮੈਨੂੰ ਧੀ ਭੈਣ ਦੀਆਂ ਗਾਲਾਂ ਕੱਢੀਆਂ, ਮੈਂ ਕਿਸੇ ਦੀ ਮਦਦ ਤੇ ਆਇਆ? ਤੁਸੀਂ ਮੇਰੇ ਬੱਚੇ ਦਾ ਨੁਕਸਾ ਕੱਢੋ, ਉਹਦੇ ਤੇ ਕਾਰਵਾਈ ਕਰੋ। ਜਿਹੜਾ ਦੋਸ਼ੀ ਉਸੇ ਕਰ ਸਕਦਾ। ਦੇਖੋ ਜੀ, ਇਹ ਸਿਰਫ ਪੁਲਿਸ ਦੇ ਪ੍ਰੈਸ਼ਰ ਬਣਾਉਂਦੇ ਆ ਵੀ ਇਹ ਸਾਨੂੰ ਪੈਸੇ ਨਾ ਦੇਣੇ ਪੈਣ। ਆਇਆ ਕੌਣ ਬਣਾਉਂਦਾ? ਇਹਨਾਂ ਦਾ ਲੈਣਾ ਦੇਣਾ ਨਹੀਂ ਕੋਈ? ਨਹੀਂ ਨਹੀਂ, ਇਹਨਾਂ ਦੇ ਬੇੜਾ ਦਾ ਹੈਗਾ। ਉੱਤੇ ਕਰ ਦੇਣਾ ਤੁਸੀਂ, ਇਹਨਾਂ ਦਾ ਹੈ 7 ਸਾਲ ਦਾ। ਇਹਨਾਂ ਨੂੰ ਆਪਾਂ ਕੀ ਜਾਣਾ ਜੀ? ਇੱਕ ਮਿੰਟ ਯਾਰ, ਇੱਕ ਮਿੰਟ, ਮੈਂ ਇਹਦਾ ਖਿਲਾਫ ਕਰ ਰਿਹਾ ਜੀ ਯਾਰ, ਬੋਲਿਓ ਨਾ। ਕੀ ਸਰਦਾਰ ਸਾਹਿਬ ਦੇ ਖਿਲਾਫ਼ ਕੋਈ ਸ਼ਿਕਾਇਤ ਹੈ? ਮੈਂ ਕਿਹਾ ਜੀ ਇਹਨਾਂ ਦੇ ਖਿਲਾਫ਼ ਮੈਂ ਕਾਰਵਾਈ ਕੋਈ ਕਰਨੀ ਵੀ ਨਹੀਂ। ਫਿਰ ਤੁਸੀਂ ਇਹਨਾਂ ਨੂੰ ਮਾੜਾ ਕਿਉਂ ਬੋਲਦੇ? ਮੈਂ ਦੇਖਦੇ ਨਾ ਆਪਣੇ ਮੁੰਡੇ ਐਡਰੈਸ ਦੇ ਦੇ, ਬਸ ਇਹ ਨਹੀਂ ਪੁੱਛਿਆ ਇਹਨੂੰ। ਸਰਦਾਰ ਸਾਹਿਬ, ਤੁਸੀਂ ਇਸ ਕੁਰਸੀ ਤੇ ਬੈਠੇ ਹੋ, ਹਾਂਜੀ, ਉਸ ਕੁਰਸੀ ਦੀ ਇੱਕ ਰਿਸਪੈਕਟ ਹੈ, ਇੱਕ ਉਹਦੀ ਗਰੀਮਾ, ਉਸ ਗੱਲ ਨੂੰ ਸਮਝੋ।
ਥਾਣੇਦਾਰ ਬਣ ਗਏ ਹੋ ਤੇ ਲੋਕਾਂ ਦੇ ਨਾਲ ਇਨਸਾਫ ਕਰੋ, ਜਿਹੜਾ ਗਲਤ ਹੈ ਉੱਤੇ ਕਾਰਵਾਈ ਕਰੋ, ਮੈਂ ਕਹਿੰਦਾ ਕਾਰਵਾਈ ਕਰੋ, ਅਸੀਂ ਤੁਹਾਡੇ ਨਾਲ ਹਾਂ, ਮਗਰ ਤੁਸੀਂ ਕਿਸੇ ਨੂੰ ਮਾੜਾ ਨਹੀਂ ਬੋਲ ਸਕਦੇ, ਨਹੀਂ ਬੋਲਦੇ, ਇਹ ਕੋਈ ਹੱਕ ਨਹੀਂ ਤੁਹਾਡੇ ਕੋਲ, ਬਿਲਕੁਲ। ਜੇ ਤੁਸੀਂ ਬੋਲੋਗੇ ਤੇ ਸਾਹਮਣੇ ਧਰਨਾ ਵੱਜੂ ਫਿਰ, ਨਹੀਂ ਬਿਲਕੁਲ, ਮੈਂ ਕਿਸੇ ਬੰਦੇ ਨੂੰ ਵੀ ਜੋ ਗਲਤ ਹੈ ਉਹਦੇ ਤੇ ਜੋ ਸਖ਼ਤ ਤੋਂ ਸਖ਼ਤ ਕਾਰਵਾਈ ਕਰੋ, ਅਸੀਂ ਉਹਦੀ ਮਦਦ ਤੇ ਬਿਲਕੁਲ ਨਹੀਂ, ਮਗਰ ਤੁਸੀਂ ਸਿਆਣੇ ਪੈਣੇ ਬੰਦਿਆਂ ਨੂੰ, ਬਜ਼ੁਰਗਾਂ ਨੂੰ, ਜੇ ਤੁਸੀਂ ਧੀ ਭੈਣ ਦੀਆਂ ਗਾਲਾਂ ਕੱਢੋਗੇ, ਕੋਈ ਨੀ ਪੰਜਾਬੀ ਸੁਣ ਕੇ ਬਰਦਾਸ਼ਤ ਕਰਕੇ ਇਸ ਗੱਲ ਨੂੰ ਰਾਜੀ, ਨਹੀਂ ਬਿਲਕੁਲ ਨਹੀਂ, ਆਪਾਂ ਨੂੰ ਇਹ ਵੀ ਹੁੰਦੇ ਸਾਡੇ ਕੋਲ ਪਛਲੋ, ਅਸੀਂ ਕਦੀ ਗਾਲ ਗੁਲਾ ਨਹੀਂ, ਐਡਾ ਸਿਆਣਾ ਪੈਣਾ ਬੰਦਾ ਐਡੀ ਕਿਉਂ, ਪੈਸੇ ਨਹੀਂ ਦੇਣੇ ਚਾਹੁੰਦੇ, ਇਹ ਬੰਦੇ ਨਹੀਂ ਇਹਦੇ ਖਿਲਾਫ, ਦੱਸੋ ਰਣਜੀਤ ਸਿੰਘ ਦਾ ਨਾਂ ਕਿੱਥੇ ਇਹਦੇ ਚ, ਕੀ ਰਣਜੀਤ ਸਿੰਘ ਦਾ ਨਾਂ ਹੈ, ਇਹਨਾਂ ਦਾ ਬਜ਼ੁਰਗਾਂ ਦਾ ਨਾਂ ਹੈ ਇਹਦੇ ਚ, ਬੱਚਿਆਂ ਦੀ ਉਹ ਬਾਰ ਬਾਰ ਗੱਲ ਕਹਿ ਰਿਹਾ, ਮੈਂ ਜੇ ਪੇ ਦਖਲ ਕੀਤੇ ਬੱਚਿਆਂ ਤੇ ਕਾਰਵਾਈ ਕਰੋ, ਕਿਉਂ ਸਾਜੀ ਕਰ, ਮੁੰਡਾ ਮੈਂ ਪੇ ਦਖਲ ਕੀਤਾ, ਦੂਜਾ ਮੁੰਡਾ ਮੇਰਾ ਨਜਾਇਜ਼ ਪਾਇਆ ਸੀ ਉਹਨਾਂ ਨੇ, ਮੈਂ ਕਹਿੰਦਾ ਜੀ ਕਰਨ ਇਨਕੁਆਇਰੀ ਆਪ ਦੀ, ਮਗਰ ਤੁਸੀਂ ਇਹਨਾਂ ਨੂੰ ਗਾਲਾਂ ਕਿਉਂ ਕੱਢਦੇ ਹੋ, ਇਨਕੁਆਇਰੀ ਕਰ ਲਓ ਜੀ ਤੁਸੀਂ ਇਹਨਾਂ ਦਾ, ਜਿਹੜਾ ਦੋਸ਼ੀ ਅਗਲਾ ਥਾਣੇ ਆ ਰਿਹਾ ਤੁਹਾਡੇ ਕੋਲ, ਗਲਤ ਕੋਈ ਕਰਨ ਆ ਰਿਹਾ, ਤੁਸੀਂ ਗਲਤ ਤਾਂ ਸੁਣੋ, ਬੱਚਿਆਂ ਨੇ ਜੇ ਕੋਈ ਗਲਤੀ ਆ ਉਹਨਾਂ ਤੇ ਕਾਰਵਾਈ ਕਰੋ, ਇਹਨਾਂ ਵਿਚਾਰਿਆਂ ਨੂੰ ਕਾਹਦੇ ਲਈ ਤੁਸੀਂ ਗਾਲਾਂ ਕੱਢਦੇ ਹੋ, ਹੱਥਾਂ ਪੈਰਾਂ ਦੀਆਂ ਪੈ ਗਈਆਂ ਜਦੋਂ ਇਹਨੇ ਇੰਨੀ ਗੱਲ ਕਹੀ, ਬੜੇ ਜ਼ੋਰ ਨਾਲ ਸਾਰੇ ਬੰਦੇ ਨੇ, ਅਗਲਾ ਕਹਿੰਦਾ ਮੈਂ ਤਾਂ ਖੁਦਕੁਸ਼ੀ ਕਰੂੰ ਜੀ, ਮੇਰੇ ਨਾਲ ਮੈਨੂੰ ਧੀ ਪੈਣ ਦੀਆਂ ਗਾਲਾਂ ਕੱਢੀ ਜਾ ਰਹੀਆਂ, ਥਾਣੇ ਆਇਓ, ਥਾਣੇ ਵੈਲਕਮ, ਆਪਾਂ ਇਹ ਗਾਲ ਨਹੀਂ ਕਿਸੇ ਕੱਢਣੇ, ਸਾਨੂੰ ਕੋਈ ਗਾਲ ਕੱਢਣ ਦੀ, ਜਿਹੜੇ ਦਿਖਾ ਦਿੱਤੀ ਸਦਨਾ ਤੋਂ, ਮੈਂ ਕਹਿੰਦਾ ਜੀ ਜੇ ਦਰਖਾਸਤ ਦਿੱਤੀ ਉਹਨੇ ਕਿਸੇ ਨਾਲ ਠੱਗੀ ਪਾ ਲਈ ਹੈ, ਤੁਸੀਂ ਕਾਰਵਾਈ ਠੋਕ ਕੇ ਕਰੋ, ਕੋਈ ਲਿਹਾਜ਼ ਨਹੀਂ, ਠੀਕ ਹੈ, ਜੇ ਤੂੰ ਲੈ ਆ ਜਾ ਜੀ ਬੱਚੇ ਤਾਂ ਕਿਸੇ ਕੋਈ ਨਹੀਂ, ਜਿਹਨੇ ਕੀਤੀ ਆ ਉੱਤੇ ਕਰੋ, ਜਿਹਨੇ ਠੱਗੀ ਮਾਰੀ ਆ ਉਹਤੇ ਕਰਵੇ ਕਰ ਦੋ, ਜੇ ਦੂਜਾ ਨਜਾਇਜ਼ ਹੋ ਨਜਾਇਜ਼ ਨਾ ਬਣੇ, ਜਿਹੜਾ ਕਿਸੇ ਨਾਲ ਨਜਾਇਜ਼ ਨਾ ਕਰੋ, ਮਾਪਿਆਂ ਦੀ ਕੀ ਗਲਤੀ ਆ, ਮਾਪਿਆਂ ਨੂੰ ਥੋੜੀ ਗਾਲਾਂ ਦੇਣੀ ਚਾਹੀਦੀ ਆ, ਮੇਰਾ ਸਰ ਦੀ ਜੱਗ ਕਰਨ ਦੇ, ਭਾਈ ਗੱਲ ਪਤਾ ਕੀ ਆ, ਗੱਲ ਇਹੋ ਜਿਹਾ ਵੀ ਜਿਹੜੇ ਬੰਦੇ ਨੇ ਠੱਗੀ ਮਾਰੀ ਆ ਨਾ, ਤੁਸੀਂ ਉੱਤੇ ਕਰਵੇ ਕਰੋ, ਜਿਹੜਾ ਬੰਦਾ ਨਜਾਇਜ਼ ਨਾ, ਐਡਰੈਸ ਦੇ ਦੇ ਨਾ, ਐਡਰੈਸ ਨਹੀਂ ਦਿੰਦੇ, ਜੇ ਐਡਰੈਸ ਹੋਵੇ ਤਾਂ ਤੁਰੰਤ ਬੇਦਖਲ ਕਰੋ, ਨੇ ਅਖਬਾਰਾਂ 'ਚ ਦਿੱਤਾ ਵਾ, ਸਾਰਿਆਂ ਨੂੰ ਸਾਰੇ ਐਡਰੈਸ ਦਾ ਪਤਾ, ਕਦੋਂ ਬੇਦਖਲ ਕੀਤਾ ਜੀ, ਕਿਹੜੀ ਤਰੀਕ, 18 ਦਾ ਜੀ, ਜਾਰੀ ਕੀਤਾ ਸੀ, ਨੋਟ ਵੀ ਸੈਨ ਵੀ ਕਰਾਏ ਇਹਨਾਂ ਦੇ, ਤੇ ਜੇ ਉਹ ਮੈਨੂੰ ਨਾਲ ਲਾ ਕੇ ਦੇ ਦਿੰਦੇ, ਮੈਂ ਨਾਲ ਨਾ ਲਾਉਂਦਾ ਜੇ ਜਿਹੜਾ ਬੇਦਖਲੀ ਵਾਲਾ ਕਾਗਜ਼ ਨਹੀਂ ਦੇਣਾ, ਤਾਂ ਗਾਲਾਂ ਕੱਢੀਆਂ ਜਾਣਾ, ਤਾਂ ਛੋਟੀ ਹੋ ਗਿਆ ਬੇਦਖਲੀ, ਤੁਹਾਨੂੰ ਛੋਟੀ ਕੋਠੀ ਤੱਕ ਤਾਂ ਅਗਲਾ ਹੋ ਕੇ ਗਿਆ ਜੀ, ਆਪ ਮੈਨੂੰ ਦੇਣ ਦਿੱਤੀ ਉਹਦੇ ਮੈਂ ਨਾਲ ਨਾਲ ਲਾ ਵੀਰੇ, ਜਿਹੜਾ ਨਜਾਇਜ਼ ਰੱਖੋ ਉਹਨਾਂ ਪੈਸੇ ਲੈਣ ਦਾ ਕਰਕੇ ਨਜਾਇਜ਼ ਉਹਦਾ ਮੁੰਡਾ ਜਿਹੜਾ ਪਾਇਆ, ਉੱਥੇ ਕਾਰਵਾਈ ਨਹੀਂ ਹੋਣੀ ਚਾਹੀਦੀ, ਨਹੀਂ ਜਿਹੜਾ ਉਹਨਾਂ ਬੇਦਖਲ ਕੀਤਾ ਉੱਥੇ ਕਾਰਵਾਈ ਕਰਨ ਦਾ ਇਤਰਾਜ਼ ਕੋਈ ਨਹੀਂ, ਮੈਨੂੰ ਕੋਈ ਇਤਰਾਜ਼ ਨਹੀਂ, ਆਪ ਭਗਵਾਨ ਵਾਲਮੀਕ ਜੀ ਦੀ ਤੁਸੀਂ ਇੱਥੇ ਸਰੂਪ ਲਾਇਆ ਇਹ ਕੀ ਸਮਝਾਉਂਦੇ ਜੀ, ਕੀ ਸਿਖਾਉਂਦੇ, ਕੀ ਰਿਸਪੈਕਟ, ਦੋਸ਼ੀ ਦੇ ਖਿਲਾਫ ਕਾਰਵਾਈ, ਬਜ਼ੁਰਗਾਂ ਨੂੰ ਰਿਸਪੈਕਟ, ਆਪਾਂ ਹਰ ਬਜ਼ੁਰਗ ਦੇ ਗੋਡੀ ਹੱਥ ਲਾਉਂਦੇ, ਠੀਕ ਹੈ ਸਰ, ਤੇ ਇਹ ਬਜ਼ੁਰਗ ਵਿਚਾਰੇ ਇਹ ਜੇ ਇਹਦੇ ਨਿਆਣਿਆਂ ਦੀ ਗਲਤੀ ਤੁਸੀਂ ਕਾਰਵਾਈ ਕਰੋ, ਆਪ ਕਹਿ ਰਹੇ ਹੋ ਇਹਨਾਂ ਨੂੰ ਕਾਹਦੇ ਲਈ ਤੁਸੀਂ ਮਿਸਬਿਹੇਵ ਕਰਦੇ, ਅਗਲਾ ਐਡਾ ਜਲਾਲਤ ਮਹਿਸੂਸ ਕਰ ਰਿਹਾ ਮੇਰੇ ਕੋਲ, ਚਲੋ ਮੈਂ ਕਹਿੰਦਾ ਜੀ ਕਿਸੇ ਤਸੱਲੀ ਕਰ ਲੈਣ ਦੂਜੇ ਦੀ, ਪੁਲਿਸ ਦਾ ਕੰਮ ਤਸੱਲੀ ਕਰਨਾ ਸਾਡਾ ਨਹੀਂ ਆ, ਮਗਰ ਕਿਸੇ ਨਾਲ ਨਜਾਇਜ਼ ਤਾਂ ਨਾ ਹੋਵੇ, ਕੱਲ ਜੇ ਵਿਚਾਰਾ ਜਲਾਲਤ ਨਾਲ ਕੁਝ ਕੁਛ ਕਰ ਦੂ, ਫਿਰ ਤੁਸੀਂ ਜ਼ਿੰਮੇਵਾਰ ਹੋਵੋਗੇ, ਤੁਸੀਂ ਜ਼ਿੰਮੇਵਾਰ ਹੋਵੋਗੇ, ਕੋਈ ਬਣਦੀ ਨੀ ਜੀ ਗੱਲ, ਰਿਸਪੈਕਟ ਤੇ ਨਾ ਤੁਹਾਡਾ ਜੁੰਮੇ, ਤੁਹਾਡੀ ਵਰਦੀ ਦੀ ਜ਼ਿੰਮੇਵਾਰੀ ਹੈ ਜੀ, ਤੁਹਾਡਾ ਪੰਜਾਬੀ ਹੋਣ ਦੇ ਨਾਤੇ ਦਾ। ਸਾਬਕਾ ਸਰਪੰਚ ਪ੍ਰਤਾਪ ਸਿੰਘ ਉਹਨੇ ਨੇ 3 ਵਾਰ ਇਹਨਾਂ ਨੂੰ ਫੜਿਆ ਵਾ ਕਿ ਗਾਲ ਨਾ ਕੱਢੋ, ਜੇ ਮੈਂ ਸਵੇਰੇ ਮੈਂ ਪੇਸ਼ ਕਰ ਦਾਂਗਾ ਇਹਨਾਂ ਨੂੰ ਜੇਲ੍ਹ ਤੋਂ, ਇਹਨਾਂ ਕੋਈ ਨਾ ਮੈਨੂੰ 8:30 ਵਜੇ ਤੱਕ ਇਹਨਾਂ ਨੇ ਰੱਖਿਆ, ਫਿਰ ਉਹਨੇ 3 ਸਰਪੰਚ ਨੇ ਇਹਨਾਂ ਨੂੰ ਫੋਨ ਕੀਤਾ, ਫਿਰ ਇਹਨਾਂ ਨੂੰ ਛੱਡਿਆ, ਉਹ ਵੀ ਉਹਨਾਂ ਦੀ ਜ਼ਿੰਮੇਵਾਰੀ ਪਵਾ ਗਏ ਪ੍ਰਤਾਪ ਸਿੰਘ ਨੂੰ। ਮੈਨੂੰ ਮੁਨਸ਼ੀ ਵਾਲੇ ਦਫ਼ਤਰ ਦੇ ਵਿੱਚ ਘੱਟ ਤੋਂ ਘੱਟ 6 ਤੋਂ 8 ਤੱਕ 2 ਘੰਟੇ ਗਾਲ ਕੱਢਦੇ ਹਨ। ਅਗਲਾ ਬਜ਼ੁਰਗ ਬੰਦਾ ਜੀ, ਕੋਈ ਉਮਰ ਦਾ ਹੀ ਲਿਹਾਜ਼ਾ ਹੋਵੇ, ਕਾਂਗਰਸ ਨੇ ਲਾਇਆ, ਤੁਸੀਂ ਪੁਲਿਸ ਦੀ ਵਰਦੀ ਪਾਈ ਆ, ਤੁਸੀਂ ਸੱਚ ਜੇ ਝੂਠ ਦਾ ਨਿਪਟਾਰਾ ਕਰਨਾ, ਤੁਸੀਂ ਕਿਸੇ ਕਾਂਗਰਸੀ ਅਕਾਲੀ ਦਾ ਨਿਪਟਾਰਾ ਨਹੀਂ ਇੱਥੇ, ਕਾਈਂਡਲੀ ਰਿਸਪੈਕਟਫੁਲੀ ਡੀਲ ਕਰੋ, ਗਲਤ ਬੰਦੇ ਦੀ ਕੋਈ ਮਤ ਨਹੀਂ ਕਰਦਾ, ਠੋਕ ਕੇ ਕਾਰਵਾਈ ਕਰੋ, ਜੇ ਕੋਈ ਤੁਹਾਡੇ ਥਾਣੇ ਆਉਂਦਾ, ਜੇ ਕਿਸੇ ਦਾ ਮਾਪੇ ਆਉਂਦੇ ਤਾਂ ਮਾਪਿਆਂ ਨੂੰ ਤੁਸੀਂ ਮਾੜਾ ਨਹੀਂ ਬੋਲ ਸਕਦੇ, ਬਿਲਕੁਲ, ਔਰ ਜੇ ਆਪ ਅਗਲਾ ਕਹਿ ਰਿਹਾ ਮੈਂ ਬੇਦਖਲ ਕੀਤਾ, ਤੁਸੀਂ ਆਪ ਦੀ ਇਸ ਵਰਦੀ ਦੀ ਸ਼ਾਨ ਵਧਾਓ ਘਟਾਓ ਨਾ, ਅਸੀਂ ਵੀ ਤੁਹਾਡੀ ਰਿਸਪੈਕਟ ਕਰਦੇ, ਠੀਕ ਹੈ।